ਜਿਹੜਾ ਵਤਨ ਪੰਜਾਬ ਦੀਆਂ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਇਹ ਫਤਿਹਗੜ੍ਹ ਸਾਹਿਬ ਜੋ ਗੁਰੂਆਂ ਦੀ ਪਵਿੱਤਰ ਧਰਤੀ ਆ ਉੱਥੇ ਪਹੁੰਚੇ ਹੋਇਆ ਇਹ ਬੜਾ ਸੋਹਣਾ ਉਪਰਾਲਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਸਪੋਰਟਸ ਮਿਨਿਸਟਰ ਮੀਤ ਹੈਰ ਜੀ ਦਾ ਔਰ ਉਹਨਾਂ ਨੇ ਚੰਗੀ ਇੱਕ ਸੋਚ ਲੈ ਕੇ ਜਿਹੜੀ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਇੱਕ ਲੈ ਕੇ ਆਏ ਨੇ ਤਾਂ ਕਿ ਅਸੀਂ ਜਿਹੜਾ ਤੰਦਰੁਸਤ ਪੰਜਾਬ ਹੈ ਜਿਹਦੀ ਉਹਦੀ ਸਿਰਜਣਾ ਕਰ ਸਕੀਏ ਇੱਥੇ ਸਾਰੀ ਸਾਡੀ ਟੀਮ ਹੈ ਜਿਹੜੀ ਫਤਿਹਗੜ੍ਹ ਸਾਹਿਬ ਦੀ ਬੈਠਣ ਸਾਡੇ MLA ਰਾਏ ਸਾਹਿਬ MLA ਬਸੀ ਪਠਾਣਾ ਅਜੇ ਲਿਬੜਾ ਜੀ ਔਰ ਸਾਡੇ ਰੁਪਿੰਦਰ ਜੀ ਢਿੱਲੋਂ ਸਾਹਿਬ ਸਾਰੇ ਸਾਡੇ ਸਰਕਾਰ ਦੇ ਬੜਿੰਗ ਸਾਹਿਬ ਸਾਰੇ ਬੈਠੇ ਹੋਏ ਆ ਸੋ ਅਸੀਂ ਜਿੱਥੇ ਦੇਖਣਾ ਆ ਉੱਥੇ ਅੱਜ ਜਿਹੜੀ ਸ਼ੁਰੂਆਤ ਹੈ ਉਹ ਇੱਥੇ ਕਰਨ ਵਾਸਤੇ ਇੱਥੇ ਪਹੁੰਚਿਆ ਸਾਰਾ ਪ੍ਰਸ਼ਾਸਨ ਹੈ ਸੋ ਧੰਨਵਾਦ ਕਰਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ। ਇਹ ਗੇਮਾਂ ਦੇ ਨਾਲ ਸਰ ਇਨਾਮੀ ਰਾਸ਼ੀ ਵੀ ਕੁਛ ਰੱਖੀ ਗਈ ਹੈ? 6 ਕਰੋੜ ਰੁਪਈਆ ਜਿਹੜਾ ਇਨਾਮੀ ਰਾਸ਼ੀ ਹੈ ਜਿਹੜਾ ਉਹ ਰੱਖੀ ਗਈ ਹੈ। ਸੋ ਇਹ ਇੱਕ ਸਾਡੇ ਬੱਚਿਆਂ ਵਾਸਤੇ ਇੱਕ ਚੰਗਾ ਮੌਕਾ ਵੀ ਆ। ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੀ ਜਿਹੜਾ ਹੈਗਾ ਆਪਣਾ ਜੌਹਰ ਹੈ ਉਹ ਦਿਖਾਉਣ ਦਾ ਮੌਕਾ ਨਹੀਂ ਮਿਲਦਾ। ਸੋ ਇੱਕ ਵਧੀਆ ਪਲੇਟਫਾਰਮ ਹੈ ਜਿਹੜਾ ਮਿਲਿਆ ਜਿਹਦੇ ਨਾਲ ਅੱਗੇ ਵਧਣ ਦਾ ਜਿਹੜਾ ਮੌਕਾ ਉਹ ਸਾਡੇ ਬੱਚਿਆਂ ਨੂੰ ਮਿਲਿਆ। ਇਹਦੇ ਬਾਅਦ ਇਹ ਬਲਾਕ ਲੈਵਲ ਜਿਸ ਤਰ੍ਹਾਂ ਕੋਈ ਡਿਵਾਈਡ ਕੀਤਾ ਹੋਇਆ ਇਹਨੂੰ ਕਿੱਦਾਂ ਕਿੱਦਾਂ ਗੇਮਾਂ ਹੋਣਗੀਆਂ? ਇਸ ਤਰ੍ਹਾਂ ਪਹਿਲਾਂ ਬਲਾਕ ਪੱਧਰ ਦੇ ਫਿਰ ਡਿਸਟ੍ਰਿਕਟ ਪੱਧਰ ਦੇ ਫਿਰ ਜ਼ੋਨ ਪੱਧਰ ਦੇ ਜਿਹੜੀਆਂ ਖੇਡਾਂ ਨੇ ਉਹ ਕਰਵਾਈਆਂ ਜਾਂਦੀਆਂ।